रहमान रहीम। अस्सलाम वालेकुम दोस्तों। दोस्तों मैं उम्मीद करना तुसा ठीक ठाक हो, सो खैरी मेरे नाल हो। दोस्तों आज असा बनासा जरदा पुलाओ, जड़ा तुसाई पकवान है, पर जिस तरीके नाल बनाना है बिल्कुल उस तरीके नाल असा बनासा। इंशाल्लाह वीडियो पूरी देखिया है तुसा की मज़ा आया सी। अच्छो जरदा बनाने हैं और देखने हैं कि जरदे विच असा ने केड़ी केड़ी चीज़ इस्तेमाल हो सी और किस तरह बन सी। दोस्तों देगचा रखने हैं चूल्हे, बिस्मिल्लाह रहमान रहीम। सब सो पहले असा चावल उबाली किन्ने हैं, 2 किलो चावल है और 4 किलो में पानी भाया। पानी ही उबाल अच्छा है, इसने बने हैं चावल तकरीबन असा 80% चावल जड़े 80% असा उनकी गाली के साथ उबाल हसने तक इंतजार करने हैं। मिले हैं उबाल सुबह, पानी उबाल आई चुके हैं, असा इसने बिच बने हैं चावल अच्छी तरह नाल असा इन चावलों की धोई की दा। दोस्तों चावल भाई छोड़े असा इन चावलों की तकरीबन 80% गाली की असा हूँ इन्हें देने हैं दम, मिले हैं दम सो बाद। दोस्तों चावल करने हैं चेक, तकी सकने तकरीबन 80% असा चावल गाली के चूल्हा करने हैं बंद। चावलों ने असा इसने जो पानी कड़ने इस तरीके ना कपड़ा वे उसने पर चावल सारे भाई छोड़ने और पर इसने ठंडा पानी वे वो बाना। इस तरह इन्ह चावलों ठंडा पानी बाई इन्हें की थोड़ा ठंडा करी कि दोस्तों देगचा रखने हैं चूल्हे, हूँ असा बनाई किन्ने चावलों की चैशनी कुकिंग ऑयल ये पहल बने हैं। कुकिंग ऑयल असा इंतजार करने हैं थोड़ा गर्म होने ना। दोस्तों तेल हो गया गर्म, हूँ असा इस बने चीनी 1500 ग्राम चीनी है इसमें चीनी भाई जोड़ने क्योंकि साढ़े को जो चावल है वो 2 किलो है तो 1500 ग्राम चीनी है। थोड़ा जहा असा तकरीबन अद्धा गिलास पानी बासा जिसने साड़ी चैशनी तैयार हुई है तो जड़ा तेल सा तकरीबन 150 ग्राम तेल मैं इसमें पाया।
ਸੋ ਚੀਨੀ ਬਾਈ ਤਾਂ ਤੁਸੀਂ ਚੈਸ਼ਨੀ ਬਣਾ ਸੋ ਚਮਚ ਨਹੀਂ ਰੋਕਣੀ, ਚੀਨੀ ਥੱਲੇ ਨਾ ਲਗਾ ਚਮਚ ਚਲਾਉਣੀ ਰਹਿਣੀ। ਦੋਸਤੋ ਮਾਸ਼ਾਅੱਲਾ ਚੈਸ਼ਨੀ ਸਾਡੀ ਤਿਆਰ ਹੀ, ਹੁਣ ਅਸਾਂ ਇਸਦੇ ਵਿੱਚ ਬਾਣੇ ਹਾਂ ਨਾਰੀਅਲ ਆ ਬਰੀਕ ਕੱਟਿਆ, ਤੁਸੀਂ ਕੱਦੂ ਕਾਸ਼ ਵੀ ਕਰੀ ਦਬਾਈ ਸਕਣੇ ਆ, ਔਰ ਥੋੜ੍ਹੀ ਜਿਹੀ ਕਿਸ਼ਮਿਸ਼ ਇਹ ਵੀ ਅਸਾਂ ਬਾਈ ਛੋਟ ਸਾਂ। ਦੋਸਤੋ ਹੁਣ ਅਸਾਂ ਇਸਨੇ ਵਿੱਚ ਬਣੇ ਆ ਚਾਵਲ। ਦੋਸਤੋ ਚਾਵਲ ਬਾਈ ਅੱਛੇ ਤਰੀਕੇ ਨਾਲ ਤੁਸੀਂ ਇਸ ਚੈਸ਼ਨੀ ਕੀ ਵਿੱਚ ਇਸਨੇ ਮਿਕਸ ਕਰੀ ਕਿੰਨਾ ਚਾਵਲਾਂ, ਹੁਣ ਅਸਾਂ ਇਸਦੇ ਵਿੱਚ ਬਾਈ ਜੋੜ ਸਾਂ ਹਰੀਆਂ ਇਲਾਚੀਆਂ ਆਈਆਂ, ਇਹ ਬਾਈ ਜੋੜ ਤਕਰੀਬਨ 810 ਹਰੀਆਂ ਇਲਾਚੀਆਂ ਸੀ, ਹੁਣ ਇਹ ਛੋੜ ਸਨ ਚਾਵਲ ਆਪਣਾ ਥੋੜ੍ਹਾ ਜਿਹਾ ਪਾਣੀ, ਪਾਣੀ ਖੁਸ਼ਕ ਕਰੀ ਅਸਾਂ ਇਸ ਕੀ ਦੱਬਾ ਦੇ ਸਾਂ। ਦੋਸਤੋ ਅਸਾਂ ਚਾਵਲਾਂ ਜਿਹੜਾ ਪਾਣੀ ਸਾ ਉਹ ਖੁਸ਼ਕ ਹੋਈ ਚੁੱਕਿਆ, ਹੁਣ ਅਸਾਂ ਇਸ ਕੀ ਦੇ ਸਾਂ ਦਮ ਤਕਰੀਬਨ 15 ਮਿੰਟ ਵਾਸਤੇ। ਦੋਸਤੋ ਮਾੜੇ ਕੋਲ ਫੂਡ ਕਲਰ ਥੋੜ੍ਹਾ ਜਿਹਾ, ਮੈਂ ਬਾਹਨਾ ਤੁਸਾਂ ਜਿਹੜਾ ਤੁਸਾਂ ਕਿ ਰੰਗ ਪਸੰਦ ਆ ਉਹ ਤੁਸਾਂ ਬਾਈ ਸਕਣੇ। 304 ਕਤਰੇ ਕੇਵੜੇ ਨੇ ਇਹ ਅਸਾਂ ਬਾਈ ਜੋੜ ਸਾਂ, ਹੁਣ ਅਸਾਂ ਬਾਸਾਂ ਇਸ ਨਾਲ ਮੁਰੱਬਾ, ਅਗਰ ਮੁਰੱਬਾ ਤੁਸੀਂ ਨਹੀਂ ਪਸੰਦ ਤੁਸਾਂ ਨਾ ਪਾਓ। ਥੋੜ੍ਹੀ ਜਿਹੀ ਕਿਸ਼ਮਿਸ਼ ਔਰ ਨਾਰੀਅਲ ਸਾ ਇਹ ਬਸ ਹਾਂ, ਔਰ ਥੋੜ੍ਹੀ ਜਿਹੀ ਸਾਡੇ ਕੋਲ ਮਿਠਾਈ ਹੈ ਔਰ ਇਹ ਬਾਈ ਜੋ। ਹੁਣ ਅਸਾਂ ਇਸਦੀ ਹਲਕੀ ਆਂਚ ਉੱਪਰ 10 ਮਿੰਟ ਦਮ ਦੇ। ਦੋਸਤੋ 10 ਮਿੰਟ ਹੋ ਚੁੱਕੇ, ਹੁਣ ਅਸਾਂ ਲਾਉਣੇ ਆ ਦਮ। ਬਿਸਮਿਲ੍ਲਾ ਮਾਸ਼ਾਅੱਲਾ, ਮਾਸ਼ਾਅੱਲਾ ਕੱਕੂ।
ਕਿਤਨੇ ਜ਼ਬਰਦਸਤ ਚਾਵਲ ਸਾਡੇ ਪੱਕੇ। ਦੋਸਤੋ ਮਾਸ਼ਾਅੱਲਾ ਤੱਕੋ ਸਾਡਾ ਜ਼ਰਦਾ ਕਿਤਨਾ ਜ਼ਬਰਦਸਤ ਤਿਆਰ ਹੋਇਆ ਮਾਸ਼ਾਅੱਲਾ। ਦੋਸਤੋ ਅਗਰ ਵੀਡੀਓ ਪਸੰਦ ਆਈ ਮੈਂ ਵੀਡੀਓ ਕੀ ਲਾਈਕ ਕਰਿਆ ਹੈ, ਦੋਸਤਾਂ ਨਾਲ ਸ਼ੇਅਰ ਕਰਿਆ ਹੈ, ਚੈਨਲ ਸਬਸਕ੍ਰਾਈਬ ਕਰੋ। ਜਿਹੜੇ ਦੋਸਤ ਮਾੜੇ ਚੈਨਲ ਪਰ ਨਵੇਂ ਵੇ ਉਹ ਬੈਲ ਨੇ ਨਿਸ਼ਾਨ ਕੀ ਪ੍ਰੈਸ ਕਰੋ, ਉਸ ਨਾਲ ਇਹ ਸੀ ਅਤੇ ਮਾੜੀ ਜਿਹੜੀ ਆਉਣ ਵਾਲੀ ਵੀਡੀਓ ਹੀ ਸਭ ਤੋਂ ਪਹਿਲ ਤੁਸਾਂ ਕਿਵੇਂ ਸੀ। ਹੁਣ ਆਪਣੇ ਦੋਸਤ ਮੁਹੰਮਦ ਰਮਜ਼ਾਨ ਕੀ ਦਿਓ ਇਜਾਜ਼ਤ, ਇਨਸ਼ਾਅੱਲਾ ਇਨਸ਼ਾਅੱਲਾ ਮਿਲ ਸਾਂ ਇੱਕ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।